ਅਪ੍ਰੈਲ 1870 'ਚ ਭਾਰਤੀ ਸਿਨੇਮਾ ਦੇ ਪਿਤਾ ਧੁੰਦੀ ਰਾਜ ਗੋਬਿੰਦ ਫਾਲਕੇ ਉਰਫ ਦਾਦਾ ਸਾਹਿਬ ਫਾਲਕੇ ਦਾ ਜਨਮ ਮੁੰਬਈ ਵਿਖੇ ਹੋਇਆ। ਭਾਰਤ ਦੀ ਪਹਿਲੀ ਸਵਦੇਸ਼ੀ ਫੀਚਰ ਫਿਲਮ ਬਣਾਉਣ ਅਤੇ ਬਾਲੀਵੁੱਡ ਪ੍ਰੋਡਕਸ਼ਨ ਦੁਆਰਾ ਭਾਰਤੀ ਫਿਲਮ ਉਦਯੋਗ ਨੂੰ ਵਧਾਉਣ ਦਾ ਸਿਹਰਾ ਦਾਦਾ ਸਾਹਿਬ ਫਾਲਕੇ ਨੂੰ ਜਾਂਦਾ ਹੈ। ਭਾਰਤੀ ਸਿਨੇਮਾ ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਭਾਰਤ ਦਾ ਸਰਵਉੱਚ ਪੁਰਸਕਾਰ ਹੈ। ਇਹ ਪੁਰਸਕਾਰ ਹਰ ਸਾਲ ਫਿਲਮ ਫੈਸਟੀਵਲ ਦੁਆਰਾ ਨੈਸ਼ਨਲ ਫਿਲਮ ਅਵਾਰਡ ਸਮਾਰੋਹ 'ਚ ਪੇਸ਼ ਕੀਤਾ ਜਾਂਦਾ ਹੈ। ਇਸੇ ਹੀ ਦਿਨ 1945 'ਚ ਜਰਮਨੀ ਦੇ ਤਾਨਾਸ਼ਾਹ ਅਡੋਲਫ ਹਿਟਲਰ ਨੇ ਸਾਇਨਾਈਡ ਕੈਪਸੂਲ ਖਾ ਕੇ ਅਤੇ ਆਪਣੇ ਆਪ ਨੂੰ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਆਪਣੇ ਜੀਵਨ ਦੇ ਸਮੇਂ ਹਿਟਲਰ ਨੇ ਲੱਖਾਂ ਲੋਕਾਂ ਦੀ ਹੱਤਿਆ ਕੀਤੀ ਅਤੇ ਦੂਜੇ ਵਿਸ਼ਵ ਯੁੱਧ ਲਈ ਵੀ ਹਿਟਲਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਸਾਲ 1945 'ਚ ਦੂਜੇ ਵਿਸ਼ਵ ਯੁੱਧ 'ਚ ਜਰਮਨੀ ਸੈਨਾ ਦੇ ਸਮਰਪਣ ਕਰਨ ਤੋਂ ਕੁਝ ਚਿਰ ਪਹਿਲਾਂ ਹੀ ਹਿਟਲਰ ਨੇ ਖੁਦਕੁਸ਼ੀ ਕਰ ਲਈ। ਅੱਜ ਦੇ ਹੀ ਦਿਨ 2010 'ਚ ਬੈਲਜੀਅਮ ਨੇ ਇੱਕ ਕਾਨੂੰਨੀ ਬਿੱਲ ਪਾਸ ਕੀਤਾ ਜਿਸ 'ਚ ਜਨਤਕ ਥਾਵਾਂ 'ਤੇ ਬੁਰਕਾ ਪਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਇਸ ਦੇ ਨਾਲ ਬੈਲਜੀਅਮ ਬੁਰਕਾ ਪਾਉਣ 'ਤੇ ਪਾਬੰਦੀ ਲਗਾਉਣ ਵਾਲਾ ਪੱਛਮੀ ਯੂਰਪ ਦਾ ਪਹਿਲਾ ਦੇਸ਼ ਬਣ ਗਿਆ। ਇਸੇ ਹੀ ਦਿਨ 2012 'ਚ ਭਾਰਤ ਦੇ ਅਸਾਮ ਰਾਜ 'ਚ ਵਗਦੀ ਬ੍ਰਹਮਪੁੱਤਰਾ ਨਦੀ 'ਚ ਇੱਕ ਕਿਸ਼ਤੀ ਦੇ 2 ਫੜ ਹੋ ਗਏ ਅਤੇ ਇਸ ਕਿਸ਼ਤੀ 'ਚ ਬੈਠੇ 300 ਯਾਤਰੀ ਨਦੀ 'ਚ ਵਹਿ ਗਏ ਅਤੇ 103 ਯਾਤਰੀਆਂ ਦੀ ਮੌਤ ਹੋ ਗਈ। ਦਰਅਸਲ ਉੱਤਰ ਭਾਰਤ 'ਚ ਤੂਫਾਨ ਆਇਆ ਹੋਇਆ ਸੀ ਜਿਸ ਦੀ ਗ੍ਰਿਫਤ 'ਚ ਇਹ ਕਿਸ਼ਤੀ ਵੀ ਆ ਗਈ।